ਕਰਾਂਗਾ ਕੋਈ ਡਰ ਦੀ ਝਿਜਕਾਂ ਦੀ ਇਹਨਾਂ ਨੂੰ ਕੋਈ ਲੋੜ ਨਹੀਂ। ਤਾਂ ਪੰਜਾਬ ਵਿੱਚ ਦਿਨੋ ਦਿਨ ਵੱਧ ਰਹੇ ਸੜਕੀ ਹਾਦਸਿਆਂ ਦੇ ਕਾਰਨ ਆਏ ਦਿਨ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਨੇ। ਇਸੇ ਤਰ੍ਹਾਂ ਦਾ ਇੱਕ ਦਰਦਨਾਕ ਸੜਕੀ ਹਾਦਸਾ ਵਾਪਰਿਆ ਹੈ ਜਿੱਥੇ ਕਿ ਇੱਕ ਦਾਦਾ ਅਤੇ ਪੋਤੀ ਦੀ ਦਰਦਨਾਕ ਮੌਤ ਹੋ ਗਈ ਹੈ। ਦਾਦਾ ਆਪਣੀ 3.5 ਸਾਲ ਦੀ ਪੋਤੀ ਨੂੰ ਸਕੂਲ ਤੋਂ ਵਾਪਸ ਲੈ ਕੇ ਘਰ ਜਾ ਰਿਹਾ ਸੀ ਤਾਂ ਅਚਾਨਕ ਅੱਗੇ ਤੋਂ ਆ ਰਹੀ ਤੇਜ਼ ਰਫ਼ਤਾਰ ਗੱਡੀ ਨੇ ਐਕਟਿਵਾ ਚਾਲਕ ਦਾਦੇ ਅਤੇ ਪੋਤੀ ਨੂੰ ਇੰਨੇ ਭਿਆਨਕ ਤਰੀਕੇ ਨਾਲ ਟੱਕਰ ਮਾਰ ਦਿੱਤੀ ਕਿ ਦਾਦੇ ਪੋਤੀ ਦੀ ਮੌਕੇ 'ਤੇ ਮੌਤ ਹੋ ਗਈ। ਉੱਧਰ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੂੰ ਦੇਖ ਕੇ ਹਰ ਇੱਕ ਦੇ ਰੌਂਗਟੇ ਖੜ੍ਹੇ ਹੋ ਗਏ ਨੇ। देखियो कापी कुपी तो नहीं है स्कूटरी की कापी है नहीं भाई उसमें तो जानकारी मुताबक मृतक लखमीर सिंह अपनी पोत्री रहमत जोत कौर स्कूलों लैके अपने घर वापिस जा रहा है। यह घटना पटियाला के नाभा च पैंदे भासो नेड़े वापरी है जिथे कि पिंड बैबलपुर नजदीक जदों लखमीर सिंह अपनी पोत्री रहमत जोत नाल स्कूल तो घर वापिस जा रहा है तां सरंद रोड से एक तेज़ रफ्तार कार ने उन्होंने दरड़ दिता। हादसा इन्ना भयानक सी कि स्कूटी ते सवार लखमीर सिंह दा शरीर थां थां तो कट के कार दियां अगलियां सीटां ते जा खिल रहा। ਕਦੀ ਜੋ
ਵੀਡੀਓ ਬਣਾ ਲੈਣਾ ਕੋਈ ਵੀਰੇ ਇਹ ਚ ਦੇਖਿਓ ਕਾਪੀ ਕੁਪੀ ਤਾਂ ਨਹੀਂ ਹੈਗੀ ਸਕੂਟਰੀ ਦੀ ਕਾਪੀ ਹੈ ਨਹੀਂ ਬਾਈ ਉਸ ਮੈਂ ਕੀਆ ਦੇਖੀ ਆ ਬਾਈ उधर इस हादसे तो बाद हुण परिवारक मैंबर अते स्थानक वासियां ने धरना दिता है। पासो रोड नूं जाम करके इलाका वासियां ने पुलिस ते गंभीर इल्जाम लगाए ने। लोगों का कहना है कि इस घटना नूं कई घंटे बीत चुके ने पर अजे तक भी पुलिस वल्लों उन्हां नूं लाशां तक नहीं दित्तियां गईआं अते ना ही पुलिस इस मामले च कार्रवाई कर रही है। सगों कार सवार नूं थाने विचों पुलिस वल्लों भजा दिता गया है। जी हाँ, ये इल्जाम लोगों वल्लों लाए गए हैं जिस तों बाद किसान जथेबंदियां परिवार वासियां ते इलाका वासियां ने सड़क जाम करके वड्डा रोस प्रदर्शन किया है। ये नौकरियां तां आउंदियां जांदियां रहिंदियां ने, हर 6 महीने बाद साल बाद SHO जिहड़ा सीट ते नवा आउंदा है उत्ते साडा तकरार होया। मैं इन्हां नूं कहा मैं तुसीं आम आदमी पार्टी दे SHO नहीं होंगे, ਤੁਸੀਂ ਲੋਕਾਂ ਦੇ SHO, ਤੁਸੀਂ ਸੰਵਿਧਾਨ ਦੇ SHO, ਤੁਸੀਂ ਇਹ ਕੁਰਸੀ ਦੀ ਜਿਹੜੀ ਮਰਿਆਦਾ ਇਹਦਾ ਤੁਸੀਂ ਘਾਣ ਨਾ ਕਰੋ। ਹੁਣ ਇਦਾਂ ਬੜੀ ਮਤਲਬ ਇਹ ਘਾਣ ਕੀ ਕਰਨਗੇ, ਡੈਡ ਬੋਡੀ ਆ ਜਿਹੜੀ ਸਾਡੇ ਕੋਲ ਸਾਹਮਣੇ ਪਈ ਆ, ਸਾਡੇ ਭਰਾ ਬੈਠੇ ਨੇ, ਭੈਣਾਂ ਬੈਠੀਆਂ ਨੇ, ਪੁਲਿਸ ਪ੍ਰਸ਼ਾਸਨ ਤੇ ਹੋਰ ਕੋਈ ਕੰਮ ਇਹਨਾਂ ਦਾ ਜਿਹੜਾ ਪੱਕ ਚ ਹੋਵੇ, ਇੱਕ ਮਿੰਟ ਦੇ ਵਿੱਚ ਅਫਸਰ ਨੇ ਜਿਹੜਾ ਟਹਿ ਟਹਿ ਕਰਦੇ ਇਹਨਾਂ ਦੀਆਂ ਗੱਡੀਆਂ ਕਾਰਾਂ ਪਹੁੰਚ ਜਾਂਦੀਆਂ ਨੇ। ਕੀ ਹੁਣ 24 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ, ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਐਡੀ ਵੱਡੀ ਜਿਹੜੀ ਦੁਰਘਟਨਾ ਹੈ ਸਾਡੇ ਭਾਸ਼ਣ ਵਿੱਚ ਹੋ ਚੁੱਕੀ ਹੈ ਵੀ ਇੱਕ ਡੈੱਡ ਬੋਡੀ ਇੱਕ ਸਾਨੂੰ ਸਾਥ ਲੈਣ ਦੇ ਵਾਸਤੇ ਉਹ ਵੀ ਸਾਨੂੰ ਰੋਡ ਤੇ ਰੱਖਣੀਆਂ ਪਈ। ਤਾਂ ਇਹ ਘਟਨਾ ਉਸ ਸਮੇਂ ਵਾਪਰੀ ਸੀ ਜਦੋਂ ਦਾਦਾ ਆਪਣੀ ਪੋਤੀ ਨੂੰ ਸਕੂਲ ਤੋਂ ਲੈ ਕੇ ਘਰ ਵਾਪਸ ਜਾ ਰਿਹਾ ਸੀ। ਮ੍ਰਿਤਕ ਦੀ ਪਹਿਚਾਣ ਲਖਮੀਰ ਸਿੰਘ 50 ਸਾਲ ਵਜੋਂ ਹੋਈ ਹੈ ਜਦਕਿ ਉਸਦੀ ਪੋਤਰੀ ਰਹਿਮਤ ਜੋਤ ਕੌਰ 3 ਸਾਲ ਦੀ ਸੀ। ਸਕੂਟੀ ਤੇ ਵਾਪਸ ਆਪਣੇ ਘਰ ਵੱਲ ਨੂੰ ਇਹ ਜਾ ਰਹੇ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਫੋਰਡ ਫੀਗੋ ਗੱਡੀ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦਾਦੇ ਲਖਮੀਰ ਸਿੰਘ ਦਾ ਸਰੀਰ ਟੁਕੜੇ ਟੁਕੜੇ ਹੋ ਗਿਆ ਅਤੇ ਉਸਦੇ ਮਾਸ ਦੇ ਟੁਕੜੇ ਗੱਡੀ ਦੀਆਂ ਸੀਟਾਂ 'ਤੇ ਖਿਲਰ ਗਏ। ਉੱਥੇ ਹੀ ਸਕੂਟੀ ਵੀ ਗੱਡੀ ਦੇ ਵਿੱਚ ਹੀ ਫਸੀ ਰਹਿ ਗਈ। ਹਾਲਾਂਕਿ ਇਸ ਦੌਰਾਨ ਗੱਡੀ ਸਵਾਰ ਨੌਜਵਾਨ ਜੋ ਕਿ ਜ਼ਖਮੀ ਹੋਇਆ ਸੀ ਪਰ ਖਬਰਾਂ ਮੁਤਾਬਕ ਉਸ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਅਤੇ ਹੁਣ ਇਲਜ਼ਾਮ ਲੱਗੇ ਨੇ ਕਿ ਪੁਲਿਸ ਨੇ ਉਸ ਨੂੰ ਥਾਣੇ ਲਿਆਂਦਾ ਜਿਸ ਤੋਂ ਬਾਅਦ ਉਸ ਨੂੰ ਉੱਥੋਂ ਭਜਾ ਦਿੱਤਾ ਗਿਆ। ਜੀ ਹਾਂ, ਇਹ ਇਲਜ਼ਾਮ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਾਏ ਗਏ ਨੇ। ਫਿਲਹਾਲ ਕਾਰ ਚਾਲਕ ਦੀ ਪਹਿਚਾਣ ਪ੍ਰਿੰਸ ਅਲੀ ਵਾਸੀ ਗੱਗੜਪੁਰ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਮ੍ਰਿਤਕ ਲਖਵੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਾਰ ਚਾਲਕ ਨਸ਼ੇ ਵਿੱਚ ਜਾਪਦਾ ਸੀ ਪਰ ਫਿਲਹਾਲ ਇਸ ਪੂਰੇ ਮਾਮਲੇ 'ਚ ਪੁਲਿਸ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਧਰਨਾ ਲਾ ਕੇ ਮੰਗ ਕੀਤੀ ਹੈ ਕਿ ਕਾਰ ਚਾਲਕ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ TV।